ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੋਸਤੋ, ਜਿਸ ਘਰ ਤੋਂ ਆਪਾਂ ਇਹ ਵੀਡੀਓ ਬਣਾ ਰਹੇ ਹਾਂ, ਪਿੰਡ ਦੁਗਲਵਾਲਾ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ, ਵੀਰ ਸੋਨੂ ਦੇ ਕੋਲ। ਪਸ਼ੂ ਵਪਾਰ ਦਾ ਕੰਮ ਆ ਦੋਸਤੋ, ਵਿਕਰੀ ਵਾਲੇ ਪਸ਼ੂ ਇਸ ਘਰ ਆਉਂਦੇ ਰਹਿੰਦੇ ਆ, ਅਤੇ ਪਹਿਲਾਂ ਵੀ ਤੁਹਾਨੂੰ ਕਾਫੀ ਪਸ਼ੂ ਆਪਾਂ ਇਸ ਘਰੋਂ ਦਿਖਾਏ ਆ। ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਦੋਸਤੋ, ਜ਼ਿਆਦਾਤਰ ਵੀਰ ਵਹਿੜਾਂ ਖਰੀਦਦਾ, ਅਤੇ ਵਹਿੜਾਂ ਦੀ ਜਿਹੜੀ ਵਿਕਰੀ ਆ ਦੋਸਤੋ ਹੁੰਦੀ ਆ ਇਸ ਘਰ। ਅਤੇ ਪਸ਼ੂ ਤੁਹਾਨੂੰ ਅੱਜ ਚਾਰ ਦਿਖਾਉਣੇ ਇਸ ਕਵਰੇਜ ਵਿੱਚ, ਜਿਨ੍ਹਾਂ ਦੇ ਵਿੱਚੋਂ ਦੋਸਤੋ ਸੋਏ ਸਵੇ ਨਗ ਜਿਹੜੇ ਤੁਹਾਨੂੰ ਦਿਖਾਉਣੇ ਆ, ਜਿਨ੍ਹਾਂ ਦੇ ਵਿੱਚ ਇੱਕ ਪਹਿਲਣ ਵੱਛੀ ਤੁਹਾਨੂੰ ਦਿਖਾ ਦਾਂਗੇ, ਅਤੇ ਇੱਕ ਜਿਹੜਾ ਦੋਸਤੋ ਹਜੇ ਗੱਬਣ ਪੂਰੀ ਤਿਆਰੀ 'ਤੇ ਆ, ਦਿਨ ਹਜੇ ਲੈਂਦੀ ਆ ਸੂਣ ਦੇ ਵਿੱਚ। ਪਹਿਲੇ ਨੰਬਰ ਤੋਂ ਜਿਹੜੀ ਸ਼ੁਰੂਆਤ ਕਰਾਂਗੇ ਆਪਾਂ, ਇਸ ਵਹਿੜ ਦੀ ਡਿਟੇਲ ਹੋਊਗੀ। ਇਹ ਗੱਬਣ ਆ, ਬਾਕੀ ਪਸ਼ੂ ਸਾਰੇ ਸੋਏ ਸਵਾ ਆ, ਦੁੱਧ 'ਤੇ ਆ, ਬੌਲੇ 'ਤੇ ਆ। ਉਹ ਕੋਈ ਵੀਰ ਆਵੇ ਆਪਦੀ, ਤੁਸੀਂ ਭਰਾ ਕੇ ਤਸੱਲੀ ਕਰ ਸਕਦੇ ਜੇ ਸੋਏ ਸਵੇ ਨਗਦੀ 'ਤੇ। ਗੱਬਣ ਪਸ਼ੂ ਆਪਾਂ ਹਰ ਵਾਰ ਕਹਿੰਦੇ, ਆਪਣੇ ਖਰੀਦਦਾਰ ਵੀਰਾਂ ਦੇ ਅੱਗੇ ਬੇਨਤੀ ਕਰਦੇ ਹਾਂ ਵੀ ਜਿਹੜਾ ਕੋਈ ਤੁਸੀਂ ਗੱਬਣ ਪਸ਼ੂ ਖਰੀਦਦੇ ਹੋ, ਚੌਂ ਥਣਾਂ ਦੀ ਆਪਦੀ ਤਸੱਲੀ ਆ, ਤਿੱਪ ਕੇ ਭਰਾ ਕੇ ਜਿਹੜੀ ਦੋਸਤੋ ਕਰ ਲਿਆ ਕਰੋ, ਠੀਕ ਆ। ਅੱਜ 1 ਜਨਵਰੀ ਦੋਸਤੋ, ਨਵਾਂ ਸਾਲ, ਅਤੇ ਨਵੇਂ ਸਾਲ ਦੀਆਂ ਵੀ ਵਧਾਈਆਂ ਸਾਰੇ ਵੀਰਾਂ ਨੂੰ, ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਰੀਆਂ ਸਿੱਖ ਸੰਗਤਾਂ ਨੂੰ, ਸਮੂਹ ਭਾਈਚਾਰੇ ਨੂੰ ਨਵੇਂ ਸਾਲ ਦੀਆਂ ਦੋਸਤੋ ਬਹੁਤ ਬਹੁਤ ਵਧਾਈਆਂ ਹੋਣ। ਸੋ ਦਿਨ ਦੁੱਗਣੀ ਅਤੇ ਰਾਤ ਚੌਗਣੀ, ਇਸੇ ਤਰ੍ਹਾਂ ਜਿਹੜੇ ਵੀਰ ਆ ਤਰੱਕੀ ਕਰਦੇ ਰਹਿਣ, ਠੀਕ ਆ ਜੀ। ਅਤੇ ਆਓ ਸ਼ੁਰੂਆਤ ਕਰਦੇ ਹਾਂ, ਵੀਰ ਸੋਨੂ ਤੋਂ ਪੂਰੀ ਇਨਫੋਰਮੇਸ਼ਨ ਦੋਸਤੋ ਆਪਾਂ ਲੈ ਲੈਂਦੇ ਹਾਂ, ਪੁੱਛ ਲੈਂਦੇ ਹਾਂ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਆ। ਆਓ ਕਰਦੇ ਹਾਂ ਗੱਲਬਾਤ, ਆ ਜਾਓ ਜੀ। ਸਭ ਤੋਂ ਪਹਿਲਾਂ ਵੀਰ ਸੋਨੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਨਾਲੇ ਨਵੇਂ ਸਾਲ ਦੀਆਂ ਬਹੁਤ ਬਹੁਤ ਸਾਰਿਆਂ ਨੂੰ ਵੀਰਾਂ ਭਰਾਵਾਂ ਨੂੰ ਵਧਾਈਆਂ ਹੋਣ, ਬਹੁਤ ਬਹੁਤ। ਅਤੇ ਸਭ ਨਾਲ ਹੀ ਮਹਾਰਾਜ ਵਾਹਿਗੁਰੂ ਸੱਚੇ ਪਾਤਸ਼ਾਹ ਖੁਸ਼ੀਆਂ ਖੇੜਾਂ ਭਰਿਆ ਲੈ ਕੇ ਆਵੇ ਇਹ ਸਾਲ, ਸਭਨਾਂ ਦੇ ਵਿਹੜੇ ਖੁਸ਼ੀਆਂ ਖੇਲਣ। ਬਿਲਕੁਲ ਬਿਲਕੁਲ। ਸੋ ਬਾਕੀ ਸੋਨੂ ਵੀਰ ਨੂੰ ਵੀ, ਜਿਹੜਾ ਦੋਸਤੋ ਵਪਾਰੀ ਆ, ਸੋਨੂ ਵੀਰ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਹਾਂਜੀ, ਠੀਕ ਆ ਜੀ। ਅਤੇ ਅੱਛਾ ਸੋਨੂ ਵੀਰ, ਹੋਰ ਕੀ ਚੱਲਦਾ ਪਿਆ ਫਿਰ ਅੱਜ? ਹਾਂਜੀ, ਆਪਣੇ ਕੋਲ ਅੱਜ 1 ਗੱਬਣ ਆ ਅਤੇ 3 ਵਹਿੜਾਂ ਤਾਜ਼ੀਆਂ ਸੂਈਆਂ ਵਾ। ਠੀਕ ਹੈ ਜੀ। ਹਾਂਜੀ ਹਾਂਜੀ, ਠੀਕ ਹੈ ਭਰਾ। ਹਾਂਜੀ, 4 ਪਸ਼ੂ ਦਿਖਾਉਣੇ ਆ? 4 ਪਸ਼ੂ ਆ। ਠੀਕ ਹੈ ਵੀਰੇ। ਹਾਂਜੀ, ਅਤੇ ਚੰਗੇ ਆ ਪਸ਼ੂ, ਚਵਾਈਆਂ ਚੁਪਈਆਂ ਚੰਗੇ ਆ ਜਿਹੜੇ ਪਸ਼ੂ ਸੋਏ ਸਵਾਏ? ਹਾਂਜੀ ਹਾਂਜੀ, ਬਾਕੀ ਚਲੋ ਆਪਾਂ ਪੂਰੀ ਤਸੱਲੀ ਕਰਕੇ ਲਿਆਉਂਦੇ ਹਾਂ, ਪਰ ਮੇਰੀ ਫਿਰ ਵੀ ਵੀਰਾਂ ਭਰਾਵਾਂ ਨੂੰ ਇਹੋ ਬੇਨਤੀ ਹੁੰਦੀ ਆ ਵੀ ਆਪ 1 ਟਾਈਮ 2 ਟਾਈਮ ਤਸੱਲੀ ਜ਼ਰੂਰ ਕਰਿਆ ਕਰਨ, ਆਪਦੀ ਨਰਖ ਪਰਖ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰਨ। ਬਾਕੀ ਜੇ ਨਹੀਂ ਤੁਸੀਂ 2 ਟਾਈਮ ਆ ਸਕਦੇ, 1 ਟਾਈਮ ਭਾਵੇਂ ਬੇਸ਼ੱਕ ਵੀਡੀਓ ਕਾਲ 'ਤੇ ਚਵਾਈ ਕਰਾ ਲੈਣ, ਅਤੇ ਦੂਜਾ ਟਾਈਮ ਕੋਸ਼ਿਸ਼ ਕਰਨ ਵੀ ਆਪ ਆ ਕੇ ਖਾਣ ਭਾਂਡਾ ਚੈੱਕ ਕਰਕੇ ਟਾਈਮ ਤੋਂ ਟਾਈਮ ਤਸੱਲੀ ਕਰ ਲੈਣ। ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ। ਹਾਂਜੀ, ਅਤੇ ਆ ਜਾਓ ਸੋਨੂ ਵੀਰ, ਨਾਲ ਦੀ ਨਾਲ ਸ਼ੁਰੂਆਤ ਕਰ ਲਈਏ। ਹਾਂਜੀ, ਸੋ ਪਹਿਲੇ ਨੰਬਰ ਤੋਂ ਦੋਸਤੋ ਸ਼ੁਰੂਆਤ ਕਰਦੇ ਹਾਂ। ਸਟਾਰਟਿੰਗ 'ਤੇ ਇੱਕ ਜਿਹੜੀ ਵਹਿੜ ਤੁਸੀਂ ਆ ਦੇਖ ਰਹੇ ਜੇ, ਡੱਬੀ ਵਹਿੜ ਆ, ਕਰੋਸ ਅੰਗ ਦੇ ਵਿੱਚ ਆ, ਅਤੇ ਇਹ ਸੋਨੂ ਵੀਰ ਇਹ ਗੱਬਣ ਹੈ? ਇਹ ਗੱਬਣ ਆ ਜੀ। ਆਹਾ, ਇਹ ਕੋਈ ਹਫ਼ਤਾ 10 ਦਿਨ ਦੇ ਕਰੀਬ ਇਹਦੇ ਬਾਕੀ ਆ। ਹਫ਼ਤਾ 10 ਦਿਨ ਲੈ ਜੂ? ਹਫ਼ਤਾ 10 ਦਿਨ ਲੈ ਜੂ। ਹਾਂਜੀ, ਲਓ ਜੀ, ਹਫ਼ਤਾ 10 ਦਿਨ ਦੋਸਤੋ ਹਜੇ ਲੈ ਜੂਗੀ। ਸੂਬਾ ਦੂਜਾ ਹੀ ਸੁਣਦੀ ਹੈ? ਨਹੀਂ, ਤੀਜਾ ਸੂਬਾ। ਤੀਜਾ ਸੂਬਾ, ਤੀਜਾ ਸੂਬਾ, ਤੀਜਾ ਸੂਬਾ ਦੋਸਤੋ ਇਸ ਵੈੜ ਨੇ ਸੋਹਣਾ। ਹਾਈਟ ਮੀਡੀਅਮ ਦੇ ਵਿੱਚ ਆ। ਹਾਂਜੀ, ਡੱਬੀ ਆ, ਰੰਗ ਕਲਰ ਵੇਖ ਲਈਏ ਦੋਸਤੋ, ਪ੍ਰਿੰਟ ਵੇਖ ਲਈਏ, ਅਤੇ ਡੱਬਾ ਵਾਈਟ ਬਲੈਕ ਡੱਬ ਨੇ ਵੈੜ ਦੇ ਵਿੱਚ। ਸੂਬਾ ਤੀਜਾ ਸੁਣਦੀ, ਅਤੇ 8 ਤੋਂ 10 ਕੁ ਦਿਨ ਦਾ ਤੁਸੀਂ ਜਿਹੜਾ ਆਈਡੀਆ ਮੰਨ ਕੇ ਦੋਸਤੋ ਕੋਈ ਵੀਰ ਸੌਦਾ ਕਰੇ, ਠੀਕ ਆ। ਲਾਏ ਬਣਾਏ ਪਈ ਆ ਦੋਸਤੋ, ਲਾਉਣਾ ਲੂਣਾ ਸ਼ੁਰੂ ਕੀਤਾ ਹੈ, ਹਵਾਨੇ ਲੇਵੇ ਦੇ ਵਿੱਚ ਧਾਰਾਂ ਪਾਉਣੀਆਂ ਸਟਾਰਟ ਕਰੀਆਂ ਨੇ, ਅਤੇ ਥਣ ਥੁਣ ਵੀ ਜਿਹੜਾ ਦੋਸਤੋ ਮੁੱਠੀ ਵਾਲਾ ਥਣ ਕੱਢੂਗੀ, ਬਾਕੀ ਨਜ਼ਰ ਤੁਹਾਨੂੰ ਆ ਰਿਹਾ ਬਿਲਕੁਲ, ਤੁਸੀਂ ਇਹ ਧਿਆਨ ਦੇ ਨਾਲ ਦੇਖ ਸਕਦੇ ਜੇ, ਥਣ ਪੂਰਾ ਮੁੱਠੀ ਆ, ਹੱਥੀ ਚਵਾਈ ਵਾਲਾ ਥਣ ਲੱਗਾ ਵੈੜ ਦੇ। ਅਤੇ ਜਿਉਂ ਜਿਉਂ ਤਿਆਰੀ ਕਰੂਗੀ ਉਵੇਂ ਉਵੇਂ ਜਿਹੜਾ ਦੋਸਤੋ ਥਣ ਵੀ ਲੰਬਾਈ ਦੇ ਵਿੱਚ ਕੋਈ ਅੱਧਾ ਇੰਚ ਹੋਰ ਫਰਕ ਪੈ ਜਾਣਾ, ਠੀਕ ਆ।
ਥਣ ਚਬਾਈ ਵਾਲਾ, ਪੂਰਾ ਹੱਥੀ ਚਬਾਈ ਵਾਲਾ। ਸੋ ਨੋ ਡਾਊਟ ਕੋਈ ਵੀਰ ਸੌਦਾ ਕਰੇ ਅਤੇ ਥਣ ਥੁਣ ਦੀ ਜਿਹੜੀ ਦੋਸਤੋ ਕੰਡੀਸ਼ਨ ਸਾਈਜ਼ ਉਹ ਮੁੱਠੀ ਹੈ, ਹਾਈਟ ਮੀਡੀਅਮ ਦੇ ਵਿੱਚ ਆ। ਬਾਕੀ ਰੇਟ ਭਾਅ ਪੜਤਾ ਆਪਾਂ ਵੀਰ ਤੋਂ ਪੁੱਛ ਲੈਂਦੇ ਹਾਂ ਕੀ ਡਿਮਾਂਡ ਹੋਊਗੀ ਇਹਦੀ, ਕੀ ਮੰਗ ਕਰਦਾ ਵੀਰ। ਇਹ ਨਾ ਆਪਾਂ ਵੀਰਾਂ ਦੇ ਧਿਆਨ 'ਚ ਲਿਆ ਦਈਏ ਨਾ, ਦੋ ਛੋਟੇ ਛੋਟੇ ਬੱਚੇ ਜੇ ਲੱਗੇ ਨਾਲ ਸੈਂਟਰ 'ਚ ਲੱਗੇ ਹੈ। ਹਾਂ ਸੈਂਟਰ ਦੇ ਭਾਰੇ ਚੱਲਦੇ ਨਹੀਂ ਆ, ਬਾਕੀ ਇਹ ਜਦੋਂ ਦੋ ਪਾਸੇ ਆ ਨਾ, ਹਾਂ ਦੋ ਪਾਸੇ ਆ, ਲਓ ਜੀ ਸੱਜੀ ਖੱਬੀ ਜਦੋਂ ਸੂਣ ਦੇ ਨੇੜ ਹੋ ਗਈ ਨਾ ਇਹ ਆਪੇ ਤਾਂ ਚੜ ਜਾਣੇ ਆ। ਠੀਕ ਆ ਜੀ। ਹਾਂ ਫਿਰ ਅਗਲੇ ਥਾਂ ਦੇ ਨਾਲ ਜੁਆਇੰਟ ਹੈ ਨਾ। ਹਾਂਜੀ ਹਾਂਜੀ ਠੀਕ, ਪਰ ਇਹ ਚੱਲਦੇ ਨਹੀਂ ਹੈਗੇ। ਹਾਂਜੀ ਠੀਕ ਹੈ। ਹਾਂਜੀ ਤੇ ਚਲੋ ਧਿਆਨ ਦੇ ਵਿੱਚ ਲਿਆਉਣਾ ਫਰਜ਼ ਬਣਦਾ। ਹਾਂਜੀ ਹਾਂਜੀ, ਫਿਰ ਕੋਈ ਵੀਰ ਦੂਰੋਂ ਨੇੜਿਓਂ ਆਉਂਦਾ ਫਿਰ ਉਹਦੇ ਦਿਮਾਗ 'ਚ ਹੋਵੇ ਵੀ ਚੱਲ ਆਹ ਚੀਜ਼ ਹੈਗੀ ਹੈ, ਜਿੱਦਾਂ ਫਿਰ ਅਗਲਾ ਆ ਕੇ ਵੱਸਦਾ ਮੇਰੇ ਖੱਜਲ ਖੁਆਰੀ ਕਰਾਈ ਤੁਸੀਂ ਪਹਿਲਾਂ ਨਹੀਂ ਦੱਸਿਆ। ਬਿਲਕੁਲ ਬਿਲਕੁਲ। ਤਾਂ ਕਰਕੇ ਅਤੇ ਇਹਦਾ ਤੁਹਾਨੂੰ ਮੁੱਲ ਕੀ ਰਹੂਗਾ ਵੀਰ? ਮੁੱਲ ਵੀਰ ਜੀ ਇਹਦਾ ਆਪਾਂ ਬਿਲਕੁਲ ਜਾਇਜ਼ ਹੀ ਰੱਖਿਆ ਵਾ, ਇਹਦਾ 32,000 ਰੁਪਈਏ 'ਚ ਮਾਨਤਾਨ ਕਰ ਦਾਂਗੇ। 32 'ਚੋਂ? ਹਾਂਜੀ ਠੀਕ ਹੈ ਜੀ। ਹਾਂਜੀ ਲਓ ਦੋਸਤੋ, 32,000 ਦੇ ਵਿੱਚੋਂ ਮਾਨਤਾਨ ਹੋ ਜਾਊਗਾ। ਵੈੜ ਦੇਖ ਲਓ ਤੁਸੀਂ, ਚੰਗੀ ਵੈੜ ਆ, ਦੁੱਧ ਜ਼ਿਆਦਾ ਨਹੀਂ ਕਹਿੰਦੇ ਵੀ 12-13 ਲੀਟਰ ਨੋਰਮਲ ਆ, ਬਾਕੀ ਅੱਗੇ ਚੰਗੀ ਸੇਵਾ ਚੰਗਾ ਦੁੱਧ ਹੋਰ ਕੁਝ ਨਹੀਂ ਲੈ ਸਕਦੇ। ਹਾਂਜੀ ਕੋਈ ਵਾਸ ਵੀ ਹੋ ਸਕਦਾ ਵਾ ਵੀ ਮੌਸਮ ਵੀ ਵਧੀਆ ਵਾ, 12-13 ਲੀਟਰ ਤੋਂ ਕਹਿੰਦੇ ਕਿ ਰੇਟ ਪੜਤੇ ਨਾਲ ਮੈਨੂੰ ਲੱਗਦਾ ਵੀ ਮੇਲ ਜੋਲ ਖਾਂਦਾ ਰੇਟ ਪੜਤਾ। ਜੇਕਰ ਦੋਸਤੋ ਵੇਖੀਏ ਤੇ ਬਿਲਕੁਲ ਵਾਜਬ ਰੇਟ ਆ। ਠੀਕ ਆ, ਬਾਕੀ ਵੀਰਾਂ ਨੂੰ ਇਹ ਦੱਸ ਦਿੰਦੇ ਆ ਵੀ ਇਹ ਰੇਟ ਹੋਣ ਦਾ ਵਾ, ਇਹ ਸੂਈ ਸਵਾਈ ਦਾ ਫਿਰ ਵੱਖਰਾ ਕੋਈ ਰੇਟ ਹੋ ਜਾਊਗਾ। ਠੀਕ ਆ ਜੀ। ਹਾਂ ਇਹ ਹੋਣ ਦਾ ਰੇਟ ਮੌਕੇ ਦਾ। ਬਿਲਕੁਲ ਜੀ ਬਿਲਕੁਲ। ਹਾਂਜੀ ਠੀਕ ਆ ਵੀਰੇ, ਤੁਹਾਨੂੰ ਆ ਜਾਓ ਅੱਗੇ ਜਿਹੜੀ ਆਹ ਵੈੜ ਆਪਣੇ ਕੋਲ, ਇਹ ਅੱਛੀ ਸੂਈ ਆ ਇਹ। ਹਾਂਜੀ ਇਹ ਕੱਲ ਹੀ ਸੂਈ ਆ ਜੀ, ਕੱਲ ਦੀ ਸੂਈ ਆ। ਹਾਂ ਕੱਲ ਦੁਪਹਿਰੇ ਸੂਈ ਆ ਇਹ, ਪਹਿਲਾ ਸੂਆ ਸੂਈ ਆ, ਮੂੰਹੋਂ ਛਿੱਗੀ ਆ, 6 ਦੰਦ ਆ। ਹਾਂ ਕੰਨੀ ਦੇ ਦੰਦ ਬਰਾਬਰ ਕਰਨ ਡਈ ਅਜੇ, ਬਰਾਬਰ ਨਹੀਂ ਕੀਤੇ। ਅੱਛਾ ਕੰਨੀ ਦੇ ਚੱਕੇ ਆ, ਬਰਾਬਰ ਨਹੀਂ ਕੀਤੇ? ਹਾਂ ਚੱਕੇ ਹੈਗੇ ਆ ਪਰ ਬਰਾਬਰ ਨਹੀਂ ਕੀਤੇ ਹੈਗੇ। ਠੀਕ ਆ, ਛਿੱਗੀ ਆ ਮੂੰਹ, ਛਿੱਗੀ ਮੰਨ ਕੇ ਦੋਸਤੋ ਸੌਦਾ ਕਰੇਗਾ ਵੀਰ। ਹਾਂ ਸੀਲ ਠੰਡੀ ਕੋਈ ਪਹਿਲਾਂ ਵੈੜ ਆ, ਅੱਜ ਬੌਲੇ ਤੇ ਚਲਦੀ ਆ, ਬੌਲਾ ਕੱਲ ਹੀ ਸੂਈ ਆ ਇਹ ਦੁਪਹਿਰੇ ਜੇ। ਅੱਛਾ ਜੀ। ਤੇ ਇਹਦੀਆਂ ਦੋ ਚਵਾਈਆਂ ਆਪਾਂ ਕਰ ਲਈਆਂ ਵਾ। ਓਕੇ। ਇਹ ਕੱਲ ਸ਼ਾਮੀ ਵੀ ਚੋਈ ਆ ਤੇ ਸਵੇਰੇ ਇਹ ਚਵਾਈ ਇੱਕ ਹੋ ਗਈ ਇਹਦੀ, ਦੋ ਹੋ ਗਈਆਂ। ਲਓ ਜੀ ਤੇ ਕੋਈ 8-9 ਲੀਟਰ ਬੌਲਾ ਹੋਇਆ ਇਹਦੇ ਕੋਲ। ਹਾਂ ਬਾਕੀ ਟਾਈਮ ਵੀਰਾਂ ਨੂੰ ਨੋਟ ਕਰਾ ਦਿਓ ਵੀ ਟਾਈਮ ਅਜੇ ਹਿਸਾਬ ਨਾਲ, ਬਾਕੀ ਅੱਧਾ ਬਿਲਕੁਲ 12 ਵਜੇ ਦਾ ਦੋਸਤੋ ਸਮਾਂ ਹੈਗਾ। ਹਾਂਜੀ 12 ਵਜੇ ਦਾ ਸਮਾਂ ਤੇ ਮਾਰਨਿੰਗ ਸੋਨੂੰ ਵੀਰ ਚਵਾਈ ਦੀ ਕਿੰਨੇ ਕੁ ਵਜੇ ਕਰੀਏ ਥੋੜੀ ਬਾਤੀ? ਹਾਂਜੀ ਹਾਂਜੀ, ਪੂਰੀ ਚਵਾਈ ਕੀਤੀ, ਚਵਾਈ ਹਿਸਾਬ ਨਾਲ ਆਪਾਂ ਸਵੇਰੇ ਖਾਲੀ ਡੋਕੇ ਜਿਵੇਂ ਛੱਡੇ ਆ ਸਾਰੀ ਖਾਲੀ ਕਰਤੀ ਹੈ ਤਕਰੀਬਨ। ਤੇ ਚਵਾਈ ਬੌਲੇ ਦੇ ਉੱਤੇ ਅੱਜ ਦੂਜੇ ਦਿਨ ਚ, ਤੀਜੇ ਦਿਨ ਚ? ਨਹੀਂ ਦੋ ਚਵਾਈਆਂ ਹੋਈਆਂ, ਦੂਜਾ ਦਿਨ ਅੱਜ, ਦੂਜਾ ਦਿਨ। ਹਾਂਜੀ ਖਾਲੀ ਸਾਫ ਹੋ ਗਈ ਬੌਲੀ? ਹਾਂ ਸਾਫ ਹੀ ਹਿਸਾਬ ਨਾਲ ਕਰਤੀ ਆਪਾਂ ਨੇ। ਠੀਕ ਹੈ ਭਰਾ। ਹਾਂਜੀ ਹਾਂਜੀ, ਕੋਈ 9 ਲੀਟਰ ਬੌਲਾ ਵਾ, 4-4.5 ਲੀਟਰ ਸ਼ਾਮੀ ਚੋਇਆ ਤੇ ਬੱਚਾ ਕਿ ਸਵੇਰੇ ਚੋਇਆ ਬੱਚਾ ਇਹਦੇ ਬੱਚਾ ਇਹਦਾ ਵੱਛਾ ਹਾਂਜੀ ਵੱਛਾ ਮਗਰਾ। ਲਓ ਦੋਸਤੋ ਆਪਾਂ ਲਾਸਟ ਤੇ ਵਿਖਾ ਦਾਂਗੇ ਵੀਡੀਓ। ਹਾਂ ਬਿਲਕੁਲ ਬੱਚੇ ਦੋਸਤੋ, ਬਿਲਕੁਲ ਅੰਦਰ ਬਰਾਂਡੇ ਦੇ ਵਿੱਚ ਆ ਬੱਚੇ, ਤੁਹਾਨੂੰ ਲਾਸਟ ਵਿੱਚ ਮਿਲ ਜਾਣਗੇ ਤਿੰਨਾਂ ਵੈੜਾਂ ਦੇ। ਸੋ ਤਸੱਲੀ ਨਾਲ ਐਂਡ ਤੱਕ ਤੁਸੀਂ ਜ਼ਰੂਰ ਦੇਖ ਲਿਓ। ਤੇ ਬੱਚਾ ਮਗਰ ਦੇ ਵੱਛਾ ਮੇਲ ਕਾਫ ਆ, 9 ਕਿਲੋ ਬੌਲਾ ਹੈ। ਬਾਕੀ ਕੱਦ ਕੁੱਦ ਵੱਛੀ ਦਾ ਤੁਸੀਂ ਵੇਖੋ, ਕੱਦ ਉੱਚਾ ਪੂਰੀ ਆ, ਵੱਡੇ ਕੱਦ ਕਾਠ ਦੇ ਵਿੱਚ ਆ। ਹਾਂਜੀ ਹਾਂਜੀ, ਪ੍ਰਿੰਟ ਇਹਦਾ ਵੀ ਜਿਹੜਾ ਦੋਸਤੋ ਬਿਲਕੁਲ ਵਾਈਟ ਤੇ ਬਲੈਕ ਡੱਬ। ਹਾਂਜੀ ਹਾਂਜੀ, ਜ਼ਿਆਦਾ ਨਹੀਂ ਇਹ 15-16 ਲੀਟਰ ਬੜੇ ਆਰਾਮ ਨਾਲ ਕਰੂਗੀ ਵੈੜ। ਕਸਮਾਂ ਟਾਇਟ ਲੇਵੇ ਦੀ ਆ, ਟਾਇਟ ਲੇਟਰ ਦੀ ਪੂਰੀ। ਹਾਂ ਲਓ ਜੀ, ਬਾਕੀ ਨਵਾਈਆਂ ਨਵਾਈਆਂ ਨੇ, ਟਾਂਡੇ ਤਾਜ਼ੀਆਂ ਸੀ ਤੇ ਇੱਕ ਠੰਡ ਦਾ ਕਰਕੇ ਦਿਨ ਨਹੀਂ ਲੱਗਣ ਡਏ। ਨਵਾਏ ਧੁਆਏ ਫਿਰ ਠੰਡ ਵੀ ਕਾਫੀ ਹੈ ਜੀ। ਹਾਂਜੀ ਹਾਂਜੀ, 46 ਦਿਹਾੜੀਆਂ ਨੇ, ਠੰਡ ਜ਼ਿਆਦਾ ਹੈ, ਚਲੋ ਨਵਾਉਣ ਧੋਣ ਦਾ ਜ਼ਿਆਦਾ ਫਰਕ ਨਹੀਂ। ਤੇ ਬਾਕੀ ਥਣ ਥੁਣ ਮੁੱਠੀ ਹੈ ਦੋਸਤੋ, ਚਾਰੇ ਥਣ ਮਿੱਠਾ ਫੁਰਲਾ ਚੰਗੀਆਂ ਨੇ ਵਿੱਚ। ਹਾਂਜੀ ਥੋੜਾ ਜਿਹਾ ਇਹ ਥੋੜੀ ਜਿਹੀ ਭਲਪੂਲ ਦਾ ਕਰਕੇ ਪੂਰਾ ਮੁੱਠੀ ਵਾਲਾ ਥਣ ਕੱਢ ਜਾਂਦੀ ਪਸਮਾ ਕੇ ਉਦਾਂ। ਠੀਕ ਹੈ ਸੋਨੂੰ ਭਾਈ, ਕੱਢ ਕੇ ਬਾਹਰ ਤੋਰ ਦਈਏ। ਬਾਕੀ ਧਾਰ ਧੂਰ ਐ ਪੂਰੀਆਂ ਬਰਾਬਰ ਐ, ਕੋਈ ਭੂਰ ਛੱਟਾ ਨਹੀਂ, ਕੋਈ ਵੱਧ ਘੱਟ ਨਹੀਂ। ਸੋ ਧਾਰਾਂ ਵੀ ਜਿਹੜੀਆਂ ਦੋਸਤੋ ਬਰਾਬਰ ਆ, ਵਧੀਆ ਚੰਗੀ ਧਾਰ ਆ ਮੁੱਠੀ ਵਿੱਚ ਆਉਣ ਵਾਲਾ ਥਣ। ਥਣ ਥੁਣ ਜਿਵੇਂ ਪਹਿਲਾਂ ਵੱਛੀਆਂ ਦੇ ਆਪਾਂ ਨੋਰਮਲੀ ਦੇਖਦੇ ਹਾਂ, ਠੀਕ ਹੈ ਜੀ। ਸੋ ਉਦਾਂ ਦਾ ਥਣ ਲੱਗਾ ਵੱਛੀ ਨੂੰ ਤੇ ਆਰਡਰ ਉਡਰ ਬਹੁਤ ਸੋਹਣਾ ਦੋਸਤੋ, ਫਿਕਸ ਜਿਹਾ ਆਰਡਰ ਆ। ਜਿਵੇਂ ਇੱਕ ਆਪਾਂ ਬਿਲਕੁਲ ਟੌਪ ਕਲਾਸ ਦੀਆਂ ਵੈੜਾਂ ਵੱਛੀਆਂ, ਬਿਲਕੁਲ ਚੰਗੇ ਸੀਮਨ ਦੀਆਂ ਵੱਛੀਆਂ ਦੇਖਦੇ ਹਾਂ,
ਉਹਨਾਂ ਵਾਂਗੂ ਆਰਡਰ ਜਿਹੜਾ ਫਿਕਸ ਆਰਡਰ ਆ ਬਿਲਕੁਲ। ਬਾਕੀ ਥੋੜੀ ਜਿਹੀ ਲਸੇਰੀ ਜਾਪਦੀ ਹੋਈ ਸੂਚ ਆਈ ਕਰਕੇ ਨਾ ਥੋੜਾ ਜਿਹਾ ਹੁਣ ਆ ਚਲੋ ਸੂਸ ਵਾ ਦੇ ਵਿੱਚ ਆਇਆ ਪਸ਼ੂ ਹਫਤੇ ਦੇ ਤਕਰੀਬਨ ਜਾ ਕੇ ਚੰਗਾ ਰਾਜੀ ਪਸ਼ੂ ਹੋਵੇ ਤੇ ਉਹ ਵੀ ਸੂਸ ਵਾ ਤੋਂ ਬਾਅਦ ਇੱਕ ਵਾਰੀ ਥੋੜਾ ਜਿਹਾ ਲੱਪਾ ਜਿਹਾ ਲਾ ਜਾਂਦਾ। ਹਾਂਜੀ ਹਾਂਜੀ ਤੇ ਫਿਲਹਾਲ ਸੂਸ ਵਾ ਦੇ ਵਿੱਚ ਆਇਆ ਪਸ਼ੂ ਦੋਸਤੋ ਸਾਰੇ ਵੀਰਾਂ ਨੇ ਅੰਡਰਸਟੈਂਡ ਕਰ ਹੀ ਲੈਣਾ ਠੀਕ ਆ। ਅਤੇ ਆਰਡਰ ਕੁਆਲਿਟੀ ਸੋਹਣੀ ਆ ਵੱਛੀ ਦੀ ਡਿੰਨੀ ਆ ਬਣੀ ਥਣੀ ਆ ਕਰਮਾਲੀ ਚੰਗੀ ਆ। ਸੋ 12 ਵਜੇ ਦਾ ਜਿਹੜਾ ਦੋਸਤੋ ਸਮਾਂ ਇੱਕ ਵਾਰੀ ਫਿਰ ਕਨਫਰਮ ਕਰਾ ਦਿੰਦੇ ਹਾਂ ਮੋਰਨਿੰਗ ਜਿਹੜੀ ਚਵਾਈ ਜਾਂਦੀ ਹੋਈ ਆ ਠੀਕ ਆ। ਅਤੇ ਬੌਲੇ 'ਤੇ ਆ ਕੋਈ ਵੀ ਰੱਬ ਦੀ ਭਰਾ ਕੇ ਤਸੱਲੀ ਕਰ ਸਕਦਾ। ਆਹ ਬੈਕ ਸਾਈਡ ਤੋਂ ਥਾਂ ਥੋਂ ਤੁਸੀਂ ਇੱਕ ਵਾਰੀ ਫਿਰ ਦੇਖੋ ਠੀਕ ਆ। ਅਤੇ ਸੋਨੂੰ ਵੀਰ ਇਹਦੀ ਮੰਗ ਕੀ ਕਰਦੇ ਹਾਂ ਡਿਮਾਂਡ? ਇਹਦੀ ਡਿਮਾਂਡ ਕਰਨ ਨੂੰ ਭਾਵੇਂ 45-50 ਜੋ ਮਰਜ਼ੀ ਕਰੀ ਜਾਈਏ, 42,000 'ਚ ਮਾਣ ਤਾਨ ਕਰ ਦਾਂਗੇ। 42 ਚੋਂ? ਹਾਂਜੀ 42 ਚੋਂ। ਠੀਕ ਹੈ ਜੀ। ਹਾਂਜੀ ਲਓ ਜੀ 42,000 ਦੇ ਵਿੱਚੋਂ ਦੋਸਤੋ ਮਾਣ ਤਾਨ ਹੋ ਜੂਗਾ। ਹਾਂਜੀ ਠੀਕ ਆ। ਡਿਮਾਂਡ ਵੀਰਾਂ ਦਾ 45 ਕਰ ਲਈਏ, 50 ਕਰ ਲਈਏ ਜੋ ਮਰਜ਼ੀ ਮੰਗੀ ਜਾਈਏ, ਇੱਕ ਜਿਹੜਾ ਰਸਤਾ ਮਿਲ ਜੂਗਾ ਤੁਹਾਨੂੰ 42 ਚੋਂ ਮਾਣ ਤਾਨ ਹੋਊਗਾ। ਹਾਂਜੀ ਵੈੜ ਚੰਗੀ ਆ, ਵੱਛੀ ਚੰਗੀ ਆ। ਬਹੁਤ ਸਾਰੇ ਵੀਰਾਂ ਦੇ ਫੋਨ ਆਉਂਦੇ ਦੰਦਾਂ 'ਚ ਹੋਵੇ ਵੈੜ, ਦੰਦਾਂ 'ਚ ਹੋਵੇ ਕਈ ਦੰਦਾਂ 'ਚ ਲੱਭਦੀ ਬਹੁਤ ਘੱਟ ਆ, ਘੱਟ ਹੀ ਲੱਭਦਾ। ਸੂਬਿਆਂ ਦੇ ਵਿੱਚ ਪਸ਼ੂ ਚਲੋ ਜ਼ਿਆਦਾ ਮਿਲਦੇ ਆ। ਹਾਂਜੀ ਹਾਂਜੀ ਚਲੋ ਇਹ ਆ ਵੀ ਚਲੋ ਮੂੰਹੋਂ ਦੰਦਾਂ ਜਾਂ ਕੰਨੀ ਵਾਲੇ ਨਹੀਂ ਬਰਾਬਰ ਕੀਤੇ। ਹਾਂਜੀ ਹਾਂਜੀ ਕੋਈ ਵੀਰ ਆਪਦੀ ਹਾਂਜੀ ਨਾਲੇ ਪਹਿਲਾਂ ਨੇ ਉਹਦੇ ਚਲੋ ਨਜ਼ਰ ਆ ਹੀ ਜਾਂਦਾ ਸਾਰੇ ਵੀਰ, ਵਾਧੇ ਬੰਦੀ ਆ ਕੋਈ ਵੀਰ ਭਾਵੇਂ ਜਿੰਨੇ ਮਰਜ਼ੀ ਸੂਬੇ 'ਚ ਹੋਵੇ। ਹਾਂਜੀ ਹਾਂਜੀ ਤੇ ਅੱਛਾ ਸੋਨੂੰ ਵੀਰ ਅਗਲੀ 3 ਨੰਬਰ ਤੇ ਜਿਹੜੀ ਆਪਣੇ ਕੋਲ ਇਹ ਵੈੜ ਆ, ਹਾਂਜੀ ਇਹਦੀ ਡਿਟੇਲ ਕੀ ਆ? ਇਹਦੇ ਵੀ ਹਿਸਾਬ ਨਾਲ ਇਹ ਪਰਸੋਂ ਸੂਈ ਆ। ਆਹ ਇਹ ਆਹ ਪਰਸੋਂ ਸੂਈ, ਇਹਦੀਆਂ 3-4 ਚਵਾਈਆਂ ਹੋ ਗਈਆਂ ਇਹਦੀਆਂ ਵੀ। 3-4 ਹੋ ਗਈਆਂ। ਇਹਦੇ ਕੋਲ 12 ਕੁ ਲੀਟਰ ਬੋਲਾ ਵਾ। 12 ਲੀਟਰ? ਹਾਂ ਤੇ ਘਰ ਵਾਲਿਆਂ ਦੇ ਦੱਸਣ ਦੇ ਮੁਤਾਬਕ ਇਹ ਆਉਂਦੇ ਵੀ 22-23 ਲੀਟਰ ਅਸੀਂ ਚੋਇਆ ਪਿਛਲੇ ਸੂਏ, ਤੇ ਬਾਕੀ 3 ਸੂਆ ਇਹ ਸੂਈ ਜਾਣਾ। 3 ਸੂਈ ਆ? ਹਾਂਜੀ। ਬੱਚਾ ਇਹਦੇ ਮਗਰ ਹੈਗਾ? ਹਾਂ ਬੱਚਾ ਹੈਗਾ। ਬੱਚਾ ਮਗਰ ਕੀ ਆ? ਇਹਦੀ ਇਹਦੇ ਵੱਛੀ ਆ, ਵੱਛੀ ਬਹੁਤ ਟੌਪ ਦੀ, ਆਪਾਂ ਲਾਸਟ ਤੇ ਵਿਖਾ ਦਿੰਦੇ ਹਾਂ ਕੋਈ ਗੱਲ ਨਹੀਂ। ਮਗਰ ਵੱਛੀ ਹੁਣ 12-13 ਤੇ ਚੱਲਦੀ ਆ? 12-13 ਲੀਟਰ ਬੋਲਾ ਇਹ ਹਿਸਾਬ ਨਾਲ ਪਰਸੋਂ ਸੂਈ ਹੈ। ਪਰਸੋਂ ਸੂਈ ਆ? ਹਾਂ। ਸੂਆ 3 ਦੱਸ? ਹਾਂ 3 ਸੂਆ। ਲਓ ਜੀ ਫੇਸ ਕੁਆਲਿਟੀ ਸੂਆ 3 ਦੋਸਤੋ, ਮੂੰਹ ਮੱਥਾ ਫੇਸ ਵੇਖ ਕੇ ਕੋਈ ਵੀਰ ਜੱਜਮੈਂਟ ਕਰ ਸਕਦਾ ਠੀਕ ਆ। ਛੋਟੇ ਜਿਹੇ ਕੰਨ ਆ, HF ਦੇ ਵਿੱਚ ਹੀ ਇਹ ਕਰੋਸ, ਥੋੜਾ ਬਹੁਤਾ ਲਿਟਲ ਕਰੋਸ ਵੀ ਹੈਗਾ ਠੀਕ ਆ। ਹਾਂਜੀ ਕੋਈ 90% HF ਚ ਹੀ ਆਉਂਦੀ ਆ, 80% 75% ਕੋਈ 85% ਤੁਸੀਂ HF ਚ ਮੰਨ ਸਕਦੇ ਜੇ। ਹਾਂਜੀ 3 ਸੂਆ ਸੂਈ ਅੱਜ ਦਿਨ ਵੀ 3 ਕੀ? ਹਾਂ ਹੋਈ ਤੇ ਅੱਜ ਹਿਸਾਬ ਨਾਲ 3 ਦੇਣੀ ਆ ਕੇ। ਲਓ ਜੀ 3 ਹੀ ਦੇਣ। ਹਾਂਜੀ ਤੇ 3 ਸੂਆ ਦੋਸਤੋ, ਬਾਕੀ ਬੌਲੇ ਤੇ ਆ। ਹਾਂਜੀ ਥਾਣ ਥੁਣ ਬਹੁਤ ਸੋਹਣਾ ਥਾਣਾ। ਹਾਂਜੀ ਗੁੱਲ ਥਾਣਾ ਦੋਸਤੋ, ਮੁੱਠੀ ਥਾਣਾ। ਬਾਕੀ ਜਵਾਬ ਸਮਾਂ ਚਾਹੋ ਥਾਣਾ ਦਾ ਕਿੱਦਾਂ ਦਾ ਸੁਣੋ, ਮੈਨੂੰ ਕੋਈ ਗੱਲ ਹੀ ਨਹੀਂ ਹੈਗੀ ਕਿਸ ਤਰ੍ਹਾਂ ਦੀ, ਬਰਾਬਰੂ ਚੰਗਾ ਮੋਟਾ, ਪੂਰ ਛੱਟਾ ਨਹੀਂ ਹੈਗਾ, ਕੋਈ ਕਮੀ ਪੇਸ਼ੀ ਨਹੀਂ ਹੈਗੀ ਠੀਕ ਆ। ਬਾਕੀ ਸੀਲ ਠੰਡੀ ਪੂਰੀ, ਕੋਈ ਚੱਕਰ ਨਹੀਂ ਹੈਗਾ ਕਿਸ ਤਰ੍ਹਾਂ ਦਾ ਵੀ। ਮਗਰ ਵੱਛੀ ਇਹਨਾਂ ਤੇ? ਹਾਂ ਵੱਛੀ ਇਹਦੀ, ਮਗਰ ਵੱਛੀ ਬਹੁਤ ਟੌਪ ਦੀ। ਡੱਬੀ ਵੱਛੀ ਹੈਗੀ? ਡੱਬੀ ਵੱਛੀ। ਹਾਂਜੀ ਚਲੋ ਦਿਖਾਵਾਂਗੇ ਜ਼ਰੂਰ ਬਾਅਦ ਵਿੱਚ, ਜਾ ਵੀ ਸੋਨੂੰ ਵੀਰ ਖੋਲਦੇ ਵੀ ਡੱਬੀ ਵੱਛੀ ਦੋਸਤੋ। ਪ੍ਰਿੰਟ ਆਉਂਦਾ ਵੀ ਜਿਹੜਾ ਘੱਟੋ ਘੱਟ ਵੀ HF ਬਰੀਡ ਦੇ ਵਿੱਚ ਵੱਛੀ ਵੀਰਾਂ ਦਾ ਪਿਓਰ ਚੰਗੀ ਆ। ਸੋ ਮਗਰ ਵੱਛੀ ਆ, ਆਹ ਕਰੋ ਚੈੱਕ। ਸੋ ਬੌਲੇ 'ਤੇ ਆ, ਬਾਕੀ ਜਦੋਂ ਦੋਸਤੋ ਖੁੱਲ੍ਹ ਕੇ ਪਸ਼ੂ ਦੁੱਧ 'ਤੇ ਆ ਗਿਆ ਅਤੇ ਦੁੱਧ ਸੇਵਾ ਚੰਗੀ ਹੋਈ ਤਾਂ ਬਿਲਕੁਲ 18-20 ਲੀਟਰ ਤੱਕ ਵੀ ਚੋਲਿਓ, ਉਸ ਤੋਂ ਵੱਧ ਵੀ ਕੋਈ ਆਸ ਕਰ ਸਕਦਾ ਦੋਸਤੋ ਜੇਕਰ ਚੰਗੀ ਸੇਵਾ ਹੋਈ। ਬਾਕੀ 15-17 ਤੋਂ ਪਲੱਸ 18 ਲੀਟਰ ਤੱਕ ਵੀ ਕੋਈ ਵੀਰ ਚਵਾਈ ਕਰ ਸਕਦਾ। ਹਾਂਜੀ ਘਰ ਵਾਲੇ ਤਾਂ 22-23 ਕਹੀ ਜਾਂਦੇ, ਚਲੋ 20 ਲੀਟਰ ਆਪਾਂ ਮੰਨ ਕੇ ਕੀਤਾ ਸੌਦਾ ਵੀ, ਠੀਕ ਹੈ ਜੀ, ਕੋਈ ਆਉਂਦਾ ਵੀ ਨਹੀਂ 20 ਲੀਟਰ ਐਡੀ ਗਾਂ ਨੂੰ। ਮੋਰਨਿੰਗ ਚਵਾਈ ਇਹਦੀ ਵੀ ਹੋ ਗਈ ਆ? ਹਾਂਜੀ ਹਾਂਜੀ ਚਵਾਈਆਂ ਹੋਈਆਂ ਵਾ, ਤਾਂ ਹੀ ਆਪਾਂ ਨੂੰ ਦੱਸਣ ਡਿਆ ਕਿ ਟਾਈਮ ਅਜੇ ਹਿਸਾਬ ਨਾਲ ਅੱਧਾ ਦਿਨ ਹੋਇਆ ਜੀ, 12 ਵਜੇ ਦਾ ਟਾਈਮ ਆ ਤਕਰੀਬਨ। ਲਓ ਜੀ ਬਾਕੀ ਕੋਈ ਡੱਕੀਆਂ ਟਕਾਈਆਂ ਨਹੀਂ, ਆਪਾਂ ਆਪਣੇ ਘਰ ਹੀ ਆ ਸੂਈ ਸੀ ਇਹ? ਨਹੀਂ ਆਪਾਂ ਸੂਈ ਲੈ ਕੇ ਆਏ ਸੀ। ਅੱਛਾ ਜੇਰ ਜੂ ਪਾਤੀ ਸੀ, ਵਧੀਆ ਪ੍ਰੋਪਰ ਸਾਰੀ ਪਈ ਹੈ, ਜੇਰ ਜੂ ਪ੍ਰੋਪਰ ਪਾਈ ਸੀ। ਠੀਕ ਆ ਜੀ। ਹਾਂਜੀ ਹਾਂਜੀ ਲਓ ਜੀ ਇਹਦੀ ਨਹੀਂ ਸੋ ਜੇਰ ਦੀ ਉਸ ਤਰ੍ਹਾਂ ਵੀਡੀਓ ਨਹੀਂ ਬਣਾਈ, ਉਹ ਜਿਹੜੀ ਵੈੜ ਉਹ ਸੂਈ ਆਪਣੇ ਘਰੇ ਉਹਦੀ ਆਪਣੀ ਵੀਡੀਓ ਵੀ ਪ੍ਰੋਪਰ ਹੈਗੀ ਦੂਜੀ ਵੈੜ ਦੀ, ਉਹ ਵੱਛੀ ਦੀ? ਵੱਛੀ ਦੀ। ਹਾਂ ਠੀਕ ਆ, ਇਹਦੀ ਨਹੀਂ ਸੋ ਵੀਡੀਓ ਆਪਾਂ ਬਣਾਈ ਤੇ ਬਾਕੀ ਜੇਰ ਪ੍ਰੋਪਰ ਪਈ ਹੋਈ ਹੈ, ਕੋਈ ਗੱਲ ਨਹੀਂ ਹੈਗੀ ਜੇਰ ਵਾਲੀ। ਓਕੇ ਆ ਜੀ। ਹਾਂਜੀ ਹਾਂਜੀ ਤੇ ਇਹਦਾ ਮੁੱਲ ਕੀ ਕਰਦੇ ਸੋਨੂੰ? ਮੁੱਲ
ਇਹੋ ਜਿਹੀਆਂ ਵੈੜਾਂ ਦਾ ਤਾਂ ਕਰੀ ਜਾਂਦੇ 55-55 ਵੀ ਵੀਰ ਆ। ਤੇ ਆਪਾਂ 48,000 ਚ ਮਾਨ ਤਾਨ ਥੋੜਾ ਬਹੁਤਾ ਨਵਾਂ ਸਾਲ ਹੈ ਵੀ ਕਸਰੇ ਕੱਢ ਦਿੰਦੇ ਆ। ਹਾਂਜੀ ਹਾਂਜੀ 48 ਚ ਮਾਨ ਤਾਨ ਕਰ ਲਾਂਗੇ ਥੋੜਾ ਬਹੁਤਾ ਵੀ ਕੋਈ ਭੈਣ ਭਰਾ ਸੱਜਣ ਲੈ ਕੇ ਜਾਵੇ ਤੇ ਮੈਨਾਂ ਵੀ ਗੋਣੀ ਗਾਵੇ। ਹਾਂਜੀ ਹਾਂਜੀ ਵੀ ਨਵੇਂ ਸਾਲ ਤੇ ਕੋਈ ਚੀਜ਼ ਲਿਆਂਦੀ ਆ। ਹਾਂਜੀ ਹਾਂਜੀ ਤੇ ਜਿੰਨਾ ਵੀ ਆ ਖੁੱਲ ਕੇ ਮਾਨ ਤਾਨ ਕਰ ਦਿਓ ਠੀਕ ਆ। ਬਾਕੀ 20 ਲੀਟਰ ਬੜੇ ਆਰਾਮ ਨਾਲ ਕਰ ਜੂਗੀ। ਚਲੋ ਸੇਵਾ ਸੁਵਾ ਤੇ ਥੋੜਾ ਡਿਪੈਂਡ ਕਰਦਾ ਹੀ ਆ ਫਿਰ ਵੀ ਨਹੀਂ ਕਰਦਾ ਤੇ ਬਾਕੀ ਡਿਗਾ ਨੂੰ 20 ਲੀਟਰ ਕਹਿੰਦਾ ਕੁੱਖ ਨਹੀਂ ਹੈਗਾ। ਬਿਲਕੁਲ ਹਾਂ ਸੋ ਬਾਕੀ ਦੋਸਤੋ ਸੂ ਸਵਾ ਦੇ ਵਿੱਚ ਹੀ ਆ ਕੋਈ ਦੂਜਾ ਤੀਜਾ ਦੇਣ ਹਾਂ ਸੂ ਜਿਹਾ ਲੱਪਾ ਲੁੱਪਾ ਲੱਗਾ ਵਾ ਹਜੇ 8 ਦਿਨਾਂ ਦੇ ਦੁੱਧ ਤੇ ਜਾ ਕੇ ਆਉਣਾ ਮੇਨਟੇਨ ਕਰਕੇ ਪੂਰਾ ਸਰੀਰ। ਬਿਲਕੁਲ ਸਹੀ ਆ। ਤੇ ਕਿੰਨੇ ਦੀ ਕਹਿਤੀ ਫਿਰ ਲਾਸਟ ਇਹ 48 ਚੋਂ ਛੋਟ ਛੱਪਾ ਮਾਨ ਤਾਂ ਥੋੜਾ ਬਹੁਤਾ ਕਰ ਦਾਂਗੇ। ਠੀਕ ਹੈ ਜੀ। ਹਾਂਜੀ ਹਾਂਜੀ 48 ਚੋਂ ਮਾਨ ਤਾਂ ਦੋਸਤੋ ਹੋ ਜਾਊਗਾ। ਹਾਂਜੀ ਤੇ ਅੱਗੇ ਇੱਕ ਇਹ ਫੋਰਥ ਨੰਬਰ ਤੇ ਦੋਸਤੋ ਲਾਸਟ ਨੰਬਰ ਤੇ ਜਿਹੜੀ ਇੱਕ ਸ਼ਾਹੀਵਾਲ ਠੀਕ ਹੈ ਜੀ ਠੀਕ ਹੈ ਜੀ ਕਰੋਸ ਅੰਗ ਮੈਨੂੰ ਲੱਗਦਾ ਵੀ ਰਾਠੀ ਕਰੋਸ ਵੀ ਤੁਸੀਂ ਕਹਿ ਸਕਦੇ। ਹਾਂਜੀ ਹਾਂਜੀ ਥੋੜਾ ਕਰੋਸ ਪੰਜ ਰਾਠੀ ਕਰੋਸ ਵੀ ਕਹਿ ਸਕਦੇ ਹੋ ਦੋਸਤੋ। ਹਾਂਜੀ ਮੂੰਹ ਮੱਥੇ ਦੀ ਬਣਤਰ ਵੇਖ ਲਓ ਠੀਕ ਹੈ ਜੀ ਤੇ ਆਹ ਦੇਖੋ ਫੇਸ ਕੁਆਲਿਟੀ ਠੀਕ ਆ ਲਾਲ ਰੰਗ ਆ ਤੇ ਆਹ ਜਿਹੜੀ ਦੋਸਤੋ ਬੈਡ ਦਾ ਪੂਰਾ ਸਟਰਕਚਰ ਆ ਅਤੇ ਥਾਨ ਥੋਨ ਇੱਕ ਵਾਰੀ ਤੁਹਾਨੂੰ ਵਿਖਾ ਦਿੰਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰ ਲੈਂਦੇ ਹਾਂ। ਆਹ ਲਓ ਬਾਕੀ ਇਹ ਛਾਵਾਂ ਤਿੱਕਰ ਆਇਆ ਪੂਰਾ ਝੱਡਾ ਭਰ ਜਾਂਦੀ ਹੈਗੀ ਆ। ਲਓ ਜੀ ਠੀਕ ਅੱਛਾ ਇਹ ਸੋਨੂੰ ਵੀਰ ਉੱਚੇ ਬੱਚੇ 'ਚ ਤੋਕੜਾ ਜਿਹਾ ਹੁੰਦੀ ਨਹੀਂ ਨਹੀਂ ਉੱਚੇ ਬੱਚੇ 'ਚ ਨਹੀਂ ਹੈ ਇਹ ਕੋਈ ਤਕਰੀਬਨ 20-25 ਦਿਨ ਦਾ ਸੂਆ ਹੋ ਗਿਆ ਜੀ। 20-25 ਦਿਨਾਂ ਦਾ ਬੱਚਾ ਇਹਦੇ ਨਾਲ ਵੀ ਹੈਗਾ ਬੱਚਾ ਇਹਦਾ ਵੀ ਹੈਗਾ ਵਾ। ਹਾਂ 20-25 ਦਿਨਾਂ ਦਾ ਮਹੀਨੇ ਦੇ ਅੰਦਰ ਭਾਰੀ ਹੈ ਫਿਰ ਮਹੀਨੇ ਤੋਂ ਅੰਦਰ ਹੀ ਆ। ਠੀਕ ਆ ਹਾਂਜੀ ਹਾਂਜੀ ਤੇ ਕਿੰਨਵਾਂ ਸੂਆ ਹੋਊਗੀ ਇਹ ਸੂਈ ਇਹ ਤੀਜਾ ਸੂਆ ਹੈ ਵੀ ਤੀਜਾ ਸੂਆ ਹਾਂਜੀ ਹਾਂਜੀ 25 ਦਿਨਾਂ ਦੀ ਦੋਸਤੋ ਮਹੀਨੇ ਦੇ ਅੰਦਰ ਭਾਰੀ ਸੂਆ ਇਸ ਬੈਡ ਦਾ ਤੇ ਬੱਚਾ ਮਗਰ ਇਹਦੇ ਵੱਛੀ ਸੀ ਨਹੀਂ ਇਹਦਾ ਵੱਛਾ ਵਾ ਵੱਛਾ ਹਾਂਜੀ ਮੇਲ ਕਾਫ ਆ ਇਸ ਬੈਡ ਦੇ ਥੱਲੇ ਤੇ ਹੁਣ ਸੋਨੂੰ ਵੀਰ ਆਪਾਂ ਦੁੱਧ ਕਿੰਨਾ ਚਵਾਦਾਂਗੇ ਦੁੱਧ ਇਹਦੇ ਕੋਲ 14 ਲੀਟਰ ਆ ਪੱਕਾ 14 ਹਾਂਜੀ ਹਾਂਜੀ ਲਓ ਜੀ 14 ਲੀਟਰ ਦੋਸਤੋ ਦੁੱਧ ਦੇ ਥੱਲੇ ਹੁਣ ਬਿਲਕੁਲ ਜਿਹੜਾ ਹਾਜ਼ਰ ਆ ਸੋ ਕੋਈ ਵੀਰ ਆਵੇ ਆਪਦੀ ਤਸੱਲੀ ਕਰ ਸਕਦਾ ਇਹ ਨੈੱਟ ਜਿਹੜਾ ਸੋਨੂੰ ਵੀਰ ਕੋਈ ਦੂਰੋਂ ਨੇੜਿਓਂ ਆ ਰਿਹਾ ਕੋਈ ਇਹ ਤਾਂ ਨਹੀਂ ਵੀ ਵੀਰ ਜਿਸ ਤਰ੍ਹਾਂ ਮਰਜ਼ੀ ਆਪਦੀ 2-3 ਟਾਈਮ 3 ਟਾਈਮ ਇੱਕ ਟਾਈਮ ਮੇਰੇ ਤੋਂ ਭਾਵੇਂ ਬੇਸ਼ੱਕ ਵੀਡੀਓ ਕਾਲ 'ਤੇ ਲੀਟਰ ਮਰਾ ਲਏ ਦੂਜੇ ਟਾਈਮ ਖੁਦ ਆ ਕੇ ਚੁੱਕੇ ਉਨੇ ਵਜੇ ਲੀਟਰ ਮਾਰ ਲਏ ਜਿਸ ਤਰ੍ਹਾਂ ਮਰਜ਼ੀ ਤਸੱਲੀ ਕਰੇ ਕੋਈ ਵੀਰ ਠੀਕ ਹੈ ਭਰਾ ਪੂਰਾ 14 ਲੀਟਰ ਠੀਕ ਹੈ ਬਾਕੀ ਅੱਗੇ ਵੀ ਆਪਾਂ ਨੂੰ ਕੋਈ ਦੁੱਧ ਤੋਂ ਕੋਈ ਨਹੀਂ ਕਿਸੇ ਦਾ ਕੋਈ ਆਇਆ ਕਮੀ ਪੇਸ਼ੀ ਲੰਬਾ ਠੀਕ ਹੈ ਜੀ ਹਾਂਜੀ ਲਓ ਦੋਸਤੋ ਵੀਡੀਓ ਕਾਫੀ ਲੰਬੇ ਸਮੇਂ ਤੋਂ ਆਪਾਂ ਵੀਰ ਦੀਆਂ ਪਾਉਂਦੇ ਹਾਂ ਸੋ ਕਦੀ ਕਿਸੇ ਵੀਰ ਨੇ ਰਿਪਲਾਈ ਜਾਂ ਨੈਗੇਟਿਵ ਰਿਪਲਾਈ ਨਹੀਂ ਆਇਆਗਾ ਵੀ ਯਾਰ ਦੁੱਧ ਇੰਨਾ ਗਿਆ ਤੇ ਦੱਸਿਆ ਕੁਝ ਹੋਰ ਨਿਕਲਿਆ ਕੁਝ ਹੋਰ ਵੀ ਆਪਣੇ ਘਰ ਭਾਵੇਂ 2-3 ਟਾਈਮ ਤਸੱਲੀ ਕਰ ਲਏ ਕੋਈ ਵੀਰ ਤੇ ਕਿਸੇ ਦੇ ਘਰ ਦੀ ਬਾਅਦ ਵਿੱਚ ਆਪਾਂ ਨੂੰ ਫੇਰ ਨਹੀਂ ਕੋਈ ਹੈਗੀ ਕਿਉਂਕਿ ਕਈ ਵੀਰ ਤੇ ਵਧਾ ਵੀ ਲੈਂਦੇ ਆ ਤੇ ਕਈਆਂ ਦੀ ਸੇਵਾ ਤੇ ਹੁਣ ਆਪਣੇ ਘਰ ਆ ਸੇਵਾ ਕਰ ਲੈਣਗੇ ਵੱਧ ਵੀ ਜਾਂਦਾ ਘੱਟ ਵੀ ਜਾਂਦਾ ਡਿਪੈਂਡ ਸੇਵਾ ਤੇ ਹੈ ਹਾਂਜੀ ਹਾਂਜੀ ਸੋ ਜਿੰਨਾ ਦੋਸਤੋ ਚੰਗੀ ਡਾਈਟ ਪਲਾਨ ਹੋਇਆ ਤੁਹਾਡਾ ਜਿੰਨੀ ਫੀਡਿੰਗ ਤੁਸੀਂ ਕਰ ਸਕੇ ਜਾਂ ਜਿੰਨਾ ਬੈਲੈਂਸ ਡਾਈਟ ਹੋਈ ਫੀਡ ਹੋਈ ਚਾਰਾ ਹੋਇਆ ਤਾਂ ਦੁੱਧ ਜਿਹੜਾ ਦੋਸਤੋ ਉਹਨਾਂ ਤੁਸੀਂ ਮੇਨਟੇਨ ਰੱਖ ਸਕਦੇ ਜੇ ਵਧਾ ਵੀ ਸਕਦੇ ਜੀ ਨਹੀਂ ਹੈਗਾ ਨਹੀਂ ਤੇ ਗਰਮੋ ਆਹ ਦਿੰਦੇ ਗਰਮ ਹੁੰਦੀਆਂ ਵੈੜਾਂ ਕੋਈ ਚੱਕਰ ਹੀ ਨਹੀਂ ਕਿਸੇ ਤਰ੍ਹਾਂ ਲਓ ਜੀ ਸੋ ਚੰਗੀ ਵੈੜ ਆ ਦੋਸਤੋ ਠੀਕ ਆ ਬੱਚਾ ਤੁਹਾਨੂੰ ਦਿਖਾ ਦਾਂਗੇ ਬੱਚਾ ਇਹਦੇ ਮਗਰ ਮੇਲ ਕਾਫ ਆ ਸੋ 3 ਵੈੜਾਂ ਜਿਹੜੀਆਂ ਤਾਜ਼ੀਆਂ ਬਿਲਕੁਲ ਸੂਈਆਂ ਸਵਾਈਆਂ ਵਿੱਚ ਵੀ ਕੋਈ ਵੀਰ ਮੰਨ ਸਕਦਾ ਇਹਨੂੰ ਵੈਸੇ ਮਹੀਨੇ ਦੇ ਬਿਲਕੁਲ ਅੰਦਰ ਵਾਰੀ ਹੈ ਸਮਾਂ ਅਤੇ ਤਾਜ਼ੇ ਜਿਹੇ ਪਸ਼ੂ ਜਿਹੜੇ ਆ ਜਾਂਦੇ 225 ਦਿਨਾਂ ਦਾ ਪਸ਼ੂ ਅਤੇ ਆਹ ਕਰੋ ਚੈੱਕ ਠੀਕ ਆ ਜੀ ਸੋ ਥਣ ਭਾਂਡਾ ਚੰਗਾ ਬੈਡ ਦਾ ਥਣ ਥੁਣ ਵੀ ਪੂਰਾ ਮੁੱਠੀ ਆ ਦੁੱਧ ਜਿਹੜਾ ਦੋਸਤੋ ਵੀਰਾਂ ਜਿਨ੍ਹਾਂ ਨੇ ਰੱਖੀਆਂ ਨੇ
ਕ੍ਰੋਸ ਰਾਠੀਆਂ ਦੇ ਵਿੱਚ ਵੀ ਰੱਖੀਆਂ ਨੇ ਤੇ ਉਹਨਾਂ ਵੀਰਾਂ ਨੂੰ ਵੀ ਪਤਾ ਦੁੱਧ ਜਿਹੜਾ ਦੋਸਤੋ ਚੰਗਾ ਸੰਘਣਾ ਹੁੰਦਾ ਠੀਕ ਇਹਨਾਂ ਦਾ 14 ਲੀਟਰ 20 ਲੀਟਰ ਅਰਗਾ ਵਾ ਅੱਛਾ ਅੱਛਾ ਬਾਕੀ ਆਪਾਂ ਆਪਣੇ ਵੀਰਾਂ ਦੀ ਸਮਝ ਕਈ ਹੁਣ ਸ਼ੌਕੀਆ ਤੌਰ ਤੇ ਸਾਨੂੰ ਵੀਰਾਂ ਦੀ ਫੈਟ ਫੂਟ ਵੀ ਤੁਸੀਂ ਦੇਖੀ ਹੋਊਗੀ ਕੋਈ ਚੰਗੀ ਆਉਂਦੀ ਹੈ ਫੈਟ ਇਹਦੀ ਤਕਰੀਬਨ 5 ਦੇ ਲਾਗੇ ਬੰਨੇ ਆਉਂਦੀ ਹੋਊਗੀ 4.5 ਤੋਂ ਪਲੱਸ ਹੀ ਹੁੰਦੀ 5 4.5 5 ਮੇਰਾ ਚਲੋ ਵਿੱਚ ਐਚ ਐਫ ਗਾਵਾਂ ਦੇ ਵੀ ਚਲੋ ਆਪਣੇ ਕੋਲ ਹੁੰਦੀਆਂ ਜਾਂਦੀਆਂ ਰਹਿੰਦੀਆਂ ਵਾ ਆ ਤੁਹਾਡਾ ਮਿਕਸ ਹੀ ਹੋ ਕੇ ਦੁੱਧ ਪੈਂਦਾ 4-6 4-7 ਫੈਟ ਆਪਣੀ ਆਉਂਦੀ ਵੈਸੇ ਹਾਂਜੀ ਕਿਸੇ ਦਾ ਸੰਘਣਾ ਕਿਸੇ ਦਾ ਪਤਲਾ ਦੁੱਧ ਹਾਂਜੀ ਹਾਂਜੀ ਤੇ ਅੱਛਾ ਸੋਨੂੰ ਇਹਦਾ ਮੁੱਲ ਵੀ ਕੀ ਕਰਦੇ ਆ ਵੀ ਲੈਣ ਮੁੱਲ ਇਹਦਾ ਆਪਾਂ ਲੈਣ ਦੇ ਮੁੱਲ ਭਾਵੇਂ 40-42 ਜੋ ਮਰਜ਼ੀ ਕਰੀਏ ਜਿਹੜੇ 36,000 ਚ ਮਾਨ ਤਾਨ ਥੋੜਾ ਪਤਾ ਕਰ ਦਾਂਗੇ ਵੈਸੇ 36 ਚੋਂ ਹਾਂਜੀ ਵੀ ਪੂਰਾ ਕਸਰਾ ਕੁਸਰਾ ਕੱਢ ਕੇ ਕਸਰਾ ਕੁਸਰਾ ਕੱਢ ਕੇ 36 ਚੋਂ ਛੋੜ ਛੱਪਾ ਛੋੜ ਛੱਪਾ ਥੋੜਾ ਪਤਾ ਕਰ ਦਾਂਗੇ ਚਲੋ ਕੋਈ ਨਾ ਜਿੰਨੀ ਵੀ ਗੁੰਜਾਇਸ਼ ਹੋਈ ਨਾ ਲਓ ਦੋਸਤੋ 36,000 ਦੇ ਵਿੱਚੋਂ ਛੋੜ ਛੱਪਾ ਹੀ ਹੋਊਗਾ ਵੀਰਾਂ ਦਾ ਵੀ ਪੂਰੀਆਂ ਕਸਰਾਂ ਕੱਢ ਕੇ 36,000 ਦੇ ਵਿੱਚੋਂ ਮਾਨ ਤਾਂ ਨਹੀਂ ਹੋਣਾ ਲਾਸਟ 35 ਦੀ ਦੇ ਦਾਂਗੇ ਕੋਈ ਗੱਲ ਲਓ ਜੀ 35,000 ਦੀ ਜਿਹੜੀ ਹਾਂ ਨਾ ਹਾਂਜੀ ਲਓ ਜੀ 35,000 ਦੀ ਕੋਈ ਬੰਗਾ ਬੁੰਗਾ ਪਾਉਣ ਦੀ ਲੋੜ ਤੇ ਨਹੀਂ ਨਹੀਂ ਮੰਗਾ ਵੈਸੇ ਮੈਂ ਪਾ ਕੇ ਚੁਣਾ ਉਹ ਤਰ੍ਹਾਂ ਆਪਦੀ ਮਰਜ਼ੀ ਕੋਈ ਗੱਲ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਵੀ ਠੀਕ ਹੈ ਜੀ ਬਾਕੀ ਮੈਂ ਵੈਸੇ ਪਾ ਕੇ ਚੁਣਨਾ ਹੈਗਾ ਠੀਕ ਹੈ ਸੋਨੂੰ ਵੀਰ ਠੀਕ ਆ ਹਾਂਜੀ ਤੇ ਇਹ ਅੱਜ ਐਨੀਮਲ ਸੀ ਆਪਣੇ ਕੋਲ ਹਾਂਜੀ ਅੱਛਾ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਮੂੰਹੋਂ 6 ਦੰਦ ਪਹਿਲਾ ਸੂਆ ਸੂਈ ਵੱਛੀ ਦਿਖਾਈ ਸੀਗੀ ਦੂਜੇ ਤੀਜੇ ਦਿਨ ਆ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਵੱਛੀ ਹੈ ਨਾ ਜੀ ਇਹ ਨਹੀਂ ਇਹ ਵੱਛਾ ਵਾ ਭਾਈ ਜਿਹੜੀ ਛਿੱਗੀ ਹੈ ਮੂੰਹ ਛਿੱਗੀ ਵੱਛੀ ਪਹਿਲਣ ਦਾ ਆ ਵੱਛਾ ਇਹ ਵੱਛਾ ਵਾ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਠੀਕ ਆ ਜੀ ਹਾਂਜੀ ਸੋ ਬਿਲਕੁਲ ਡੱਬਾ ਵੱਛਾ ਮਗਰ ਨਾੜੂ ਗਿੱਲਾ ਬਿਲਕੁਲ ਬੱਚੇ ਦੇ ਨਾਲ ਆ ਹਾਂਜੀ ਸੋ ਆਹ ਦੇਖੋ ਜੀ ਤੇ ਅੱਛਾ ਸੋਨੂੰ ਜਿਹੜੀ ਆਪਾਂ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਬੈਠ ਜਿਹੜੀ 20 ਲੀਟਰ ਵਾਲੀ ਆ ਉਹਦਾ ਇਹ ਵੱਛੀ ਆ ਤੇ ਪਰ ਇਹਦਾ ਨਾੜੂ ਉਦੋਂ ਹੀ ਚੱਟ ਚੁੱਟ ਕੇ ਲਾਤਾ ਨੇ ਅੱਛਾ 3 ਕੁ ਦਿਨਾਂ ਦੀ ਸੂਈ ਸੀ ਨਾ ਉਹ ਵੀ ਬੈਠ ਹਾਂ 3 ਦਿਨਾਂ ਦੀ 13 ਕਿਲੋ ਜਿਹੜਾ ਬੌਲਾ ਹਣਾ ਹਾਂ 12 ਕੁ ਲੀਟਰ ਬੌਲਾ 12 ਕੁ ਲੀਟਰ ਹਾਂ 20 ਲੀਟਰ ਕਰੂਗੀ ਇਹ ਵੱਛੀ ਚੰਗੀ ਹੈ ਨਾ ਮਗਰ ਵੱਛੀ ਬਹੁਤ ਟੌਪ ਦੀ ਆ ਲਓ ਜੀ ਐਚ ਐਫ ਦੇ ਵਿੱਚ ਦੋਸਤੋ ਮਗਰ ਵੱਛੀ ਆ ਹਾਂਜੀ ਉਸ ਤੀਜੇ ਨੰਬਰ ਵਾਲੀ ਬੈਠ ਦੇ ਥੱਲੇ ਜਿਹੜਾ ਦੋਸਤੋ ਤੀਜੇ ਨੰਬਰ ਤੇ ਬੈਠ ਦਿਖਾਈ ਆ 13 ਕਿਲੋ ਤੀਜਾ ਸੂਆ ਸੂਈ ਸੀ ਨਾ ਹਾਂ ਤੀਜਾ ਸੂਆ ਦਓ ਜੀ ਹਾਂਜੀ ਇਹ ਵੱਛੀ ਆ ਉਸ ਬੈਠ ਦੇ ਇੱਕ ਲਾਸਟ ਵਿੱਚ ਤੁਹਾਨੂੰ ਦੋਸਤੋ ਜਿਹੜੀ ਕ੍ਰੋਸ ਅੰਕ ਦੇ ਵਿੱਚ ਵਿਖਾਈ ਸੀ ਰਾਠੀ ਕ੍ਰੋਸ ਅੰਕ ਦੇ ਵਿੱਚ ਉਹਦਾ ਵੱਛਾ ਜੀ ਆ ਮਗਰ ਵੱਛਾ ਕੋਈ 20 ਦਿਨਾਂ 25 ਦਿਨਾਂ ਦਾ ਕੋਈ ਵੀਰ ਮੰਨ ਲੈ ਮਹੀਨੇ ਦੇ ਅੰਦਰ ਅੰਦਰ ਹੀ ਆ ਮਹੀਨੇ ਦੇ ਅੰਦਰ ਅੰਦਰ ਤੇ 14 ਕਿਲੋ ਉਸ ਬੈਠ ਦੇ ਥੱਲੇ ਦੁੱਧ ਹਾਂਜੀ ਠੀਕ ਆ ਆਹ ਵੱਛਾ ਦੋਸਤੋ ਤੁਸੀਂ ਧਿਆਨ ਨਾਲ ਬੱਚੇ ਦੇਖ ਲਏ ਆ ਠੀਕ ਆ 3 ਪਸ਼ੂ ਸੀਗੇ ਜਿਹੜੇ ਬਿਲਕੁਲ ਤਾਜ਼ੇ ਸੂਏ ਸੋਏ 3 ਦੇ ਆਹ ਬੱਚੇ ਆ ਸੋ ਮੇਰਾ ਵੀਰਾਂ ਦੀ ਨਰਖ ਪਰਖਾ ਤਸੱਲੀ ਆ ਤੁਸੀਂ ਘਰ ਆਣ ਕੇ ਵੀ ਕਰ ਲਿਓ ਠੀਕ ਆ ਇੱਕ ਆਪਣਾ ਨੰਬਰ ਸੰਪਰਕ ਜ਼ਰੂਰ ਦੱਸ ਦਈਏ ਹਾਂਜੀ 9815-82415 ਜੀ 9815-82415 ਠੀਕ ਆ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਸੋਨੂੰ ਪਿੰਡ ਦੁੱਗਲ ਵਾਲੇ ਤੁਸੀਂ ਖਾਸ ਵਿਜਿਟ ਕਰਨੀ ਆ ਨੇੜੇ ਰਸੂਲਪੁਰ ਨਹਿਰਾ ਪਿੰਡ ਰਹਿ ਜਾਂਦਾ ਦੋਸਤੋ ਤਰਨ ਤਾਰਨ ਸਾਹਿਬ ਬਿਲਕੁਲ ਨਜ਼ਦੀਕ ਆ ਕੋਈ 2-2.5 ਕਿਲੋਮੀਟਰ ਦੀ ਦੂਰੀ ਆ ਜਿਹੜੀ ਦੋਸਤੋ ਸ਼ਹਿਰ ਦੀ ਸਾਰੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ